ਸਤਿ ਸ਼੍ਰੀ ਅਕਾਲ ਜੀ ਆਜੋ ਜੀ ਸਾਰੇ ਜੀ ਅ ਜ਼ਿੰਦਗੀ ਦੇ ਵਿੱਚ ਕੁਝ ਕਰਨ ਦੇ ਲਈ ਮੋਟੀਵੇਟਰ ਜੜਾ ਹੋਣ ਦੇ ਲਈ ਔਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਡਰਾ ਕਰਨਾ ਸਿਖਾਵਾਂਗੀ ਔਰ ਦੇਖੋ ਪਹਿਲਾਂ ਥੱਲੇ ਇੱਕ ਪੈਟਲ ਡਰਾ ਕੀਤੀ ਦਿਲ ਵਾਂਗੂ ਉੱਪਰ ਛੋਟਾ ਜਿਹਾ ਕੇਰਾ ਬਣਾ ਕੇ ਸਾਈਡਸ ਤੇ ਅਸੀਂ ਪੱਤੀਆਂ ਲਾਉਣੀਆਂ ਨੇ ਉਹ ਇਹਦੇ ਕਰਕੇ ਸਿਖਾ ਰਹੀਆਂ ਕਿਉਂਕਿ ਜਿਹੜੇ ਜ਼ਿਆਦਾਤਰ ਵਿਊਅਰਸ ਕਹਿੰਦੇ ਆ ਕਿ ਜਦ ਤੁਸੀਂ ਡਰਾ ਕਰ ਦਿਓ ਉਹਦੀ ਵੀ ਵੀਡੀਓ ਅਪਲੋਡ ਨਾਲ ਹੀ ਕਰਿਆ ਕਰੋ ਸੋ ਮੈਂ ਪੈਨਸਲ ਨਾਲ ਕਰਦੀਆਂ ਤੇ ਜੇ ਤੁਸੀਂ ਚਾਹੋ ਤਾਂ ਇਹਦਾ ਸਕਰੀਨਸ਼ਾਟ ਲੈ ਕੇ ਪਹਿਲਾਂ ਕਿਤੇ ਰਫਤੇ ਜਾਂ ਟ੍ਰੇਸਿੰਗ ਪੇਪਰ ਤੇ ਬਣਾ ਸਕਦੇ ਹੋ ਦਾ ਛਾਪਾ ਤਿਆਰ ਕਰ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਮੈਥਡ ਦੱਸ ਦਿੰਨੀ ਆ ਤੇ ਅਗਰ ਤੁਸੀਂ ਡਰਾਇੰਗ ਦੇ ਵਿੱਚ ਵਧੀਆ ਹੋ ਤਾਂ ਕੋਈ ਪ੍ਰੋਬਲਮ ਨਹੀਂ ਫਿਰ ਤੁਸੀਂ ਆਰਾਮ ਦੇ ਨਾਲ ਜੋ ਵੀ ਇਹ ਕਰ ਸਕਦੇ ਹੋ ਉਸ ਤੋਂ ਬਾਅਦ ਪੱਤੀਆਂ ਵੱਡੀਆਂ ਪੱਤੀਆਂ ਔਰ ਉਸ ਤੋਂ ਬਾਅਦ ਆ ਜਿਹੜੀਆਂ ਹਨ ਇਹ ਛੋਟੀਆਂ ਪੱਤੀਆਂ ਤੁਸੀਂ ਬਣਾ ਲੈਣੀਆਂ ਅੱਜ ਮੇਰਾ ਕਪੜਾ ਸਿੰਥੈਟਿਕਾ ਤੇ ਇਹ ਡਿਜ਼ਾਈਨ ਨੂੰ ਪੂਰਾ ਸਿੱਖਣ ਦੇ ਲਈ ਧਿਆਨ ਨਾਲ ਇਹਨੂੰ ਦੇਖਣਾ ਸਕਿੱਪ ਨਾ ਕਰਨਾ ਬਿਕੋਜ਼ ਇਸ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਥਡ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲਾਂ ਚੰਗੀਆਂ ਗੱਲਾਂ ਜਾਂ ਕਹਿ ਲੋ ਕਿ ਮੋਟੀਵੇਟ ਕਰਨ ਲਈ ਤੁਹਾਨੂੰ ਗੱਲਾਂ ਕਰਾਂਗੀ ਜਿਦੇ ਨਾਲ ਅਸੀਂ ਥੋੜਾ ਸਾਡੇ ਚ ਹੋ ਸਕਦਾ ਹੈ ਕਿ ਕੋਈ ਚੇਂਜਸ ਆਉਣ ਉਸ ਤੋਂ ਬਾਅਦ ਦੇਖੋ ਜੀ ਮੈਂ 베ਸ ਕਰ ਰਹੀ ਹਾਂ ਪਤਲਾ ਕਰਕੇ ਵਾਈਟ ਕਲਰ ਨੂੰ ਚਲਾਉਣਾ ਆ ਮੈਂ ਦੋ ਤਰੀਕੇ ਦੱਸਿਆ ਇੱਕ ਤਾਂ ਤੁਸੀਂ ਪਹਿਲਾਂ ਹੀ ਟ੍ਰੇ ਦੇ ਵਿੱਚ ਇਹਨੂੰ ਪਤਲਾ ਕਰ ਲਓ 1 অর 2 ਡ੍ਰੌਪਸ ਪਾ ਕੇ ਪਾਣੀ ਲਿਆ ਠੀਕ ਹੈ ਪਾਣੀ ਡਿলিউਟ ਕਰ ਲਓ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੂਸਰਾ ਤਰੀਕਾ ਹੈ ਕਿ ਜਦੋਂ ਤੁਸੀਂ ਪਾਣੀ ਦੇ ਵਿੱਚ ਬ੍ਰਸ਼ ਡਿਪ ਕਰਦੇ ਹੋ ਉਸ ਤੋਂ ਬਾਅਦ ਉਹਨੂੰ ਕੱਪੜੇ ਨਾਲ ਪੁੰਚ ਕੇ ਤੇ ਫਿਰ ਕਲਰ ਦੇ ਵਿੱਚ ਅਗਰ ਤੁਸੀਂ ਕਲਰ ਪਤਲਾ ਨਹੀਂ ਕੀਤਾ ਤਾਂ ਉਹਦੇ ਵਿੱਚ ਡਿਪ ਕਰੋ ਔਰ ਉਹਦੇ ਨਾਲ ਕਰੋ ਉਹਦੇ ਨਾਲ ਵੀ ਇਫੈਕਟ ਪਤਲਾ ਹੀ ਆਏਗਾ ਲੇਅਰ ਜਿਹੜੀ ਆ ਉਹ ਬਹੁਤ ਹੀ ਸਟਿਫਟ ਨਹੀਂ ਹੋਏਗਾ ਕਪੜਾ ਲੇਅਰ ਮੋਟੀ ਨਹੀਂ ਆਏਗੀ ਬਿਲਕੁਲ ਪਤਲਾ ਪਤਲਾ ਪ੍ਰਿੰਟ ਜਿਵੇਂ ਹੁੰਦਾ ਉਸ ਤਰ੍ਹਾਂ ਆਏਗਾ ਔਰ ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਕਲਰਿੰਗ ਕਰਾਂਗੇ ਤਾਂ ਕੁਝ ਗੱਲਾਂ ਜਿਹੜੀ ਆ ਮੈਂ ਤੁਹਾਡਾ ਜ਼ਰੂਰੀ ਕਰਨੀਆਂ ਉਹ ਇਹ ਆ ਕਿ ਹਮੇਸ਼ਾ ਮੈਂ ਸ਼ੌਂਕ ਤੇ ਗੱਲ ਕਰਦੀ ਹਾਂ ਹਰ ਬੰਦੇ ਚ ਇਸ ਪ੍ਰਮਾਤਮਾ ਨੇ ਕੁਝ ਨਾ ਕੁਝ ਖਾਸ ਪਰ ਕੇਪੇ ਆਇਆ ਕੋਈ ਨਾ ਕੋਈ ਸੌਫਟਵੇਅਰ ਜਿਹੜਾ ਅਪਡੇਟ ਕਰਕੇ ਭੇਜਿਆ ਆ ਤਾਂ ਜ਼ਿੰਦਗੀ ਦੇ ਵਿੱਚ ਉੱਚਾ ਉੱਠਣ ਦੇ ਲਈ ਜਿਹੜੇ ਤੁਹਾਡੀਆਂ ਅੰਦਰ ਕੁਝ ਚੰਗੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਹਾਨੂੰ ਬਾਹਰ ਕੱਢਣਾ ਪੈਣਾ ਉਜਾਗਰ ਕਰਨਾ ਪੈਣਾ ਆ ਅ ਦੁਨੀਆ ਦੇ ਸਾਹਮਣੇ ਲਿਆਉਣਾ ਪੈਣਾ ਕਿ ਸਾਡੇ ਵਿੱਚ ਹੈ ਹੈਜ਼ਿਟੇਸ਼ਨ ਜਿਹੜੀ ਆ ਉਹਨੂੰ ਬਿਲਕੁਲ ਛੱਡ ਕੇ ਉੱਪਰ ਉੱਠਣਾ ਪੈਣਾ ਆ ਸੋ ਜ਼ਿੰਦਗੀ ਦੇ ਵਿੱਚ ਉੱਚਾ ਉੱਠਣ ਦੇ ਲਈ ਤੁਹਾਨੂੰ ਕਿਸੇ ਡਿਗਰੀ ਦੀ ਲੋੜ ਨਹੀਂ ਕਿਸੇ ਦਿਖਾਵੇ ਦੀ ਲੋੜ ਨਹੀਂ ਬਸ ਕੰਮ ਕਰਨ ਦੀ ਲੋੜ ਆ ਮਿਹਨਤ ਕਰਨ ਦੀ ਲੋੜ ਆ ਚੰਗੇ ਸ਼ਬਦ ਦੀ ਲੋੜ ਆ ਚੰਗੇ ਵਿਵਹਾਰ ਦੀ ਲੋੜ ਆ ਸਮਝੇ ਤਾਂ ਚਲੋ ਅਸੀਂ ਇਹਨੂੰ ਐਕਸਪਲੇਨ ਕਰਦੇ ਆ ਐਕਸਪਲੇਨ ਕਿੱਦਾਂ ਕਰਦੇ ਆ ਕਿ ਜਿੱਦਾਂ ਅ ਮੰਨ ਲਓ ਸਾਡੇ ਅੰਦਰ ਤੁਹਾਡੇ ਅੰਦਰ ਸਿੰਗਿੰਗ ਦਾ ਸ਼ੌਂਕ ਹੈ ਪੇਂਟਿੰਗ ਦਾ ਸ਼ੌਂਕ ਹੈ ਖੇਡਾਂ ਦਾ ਸ਼ੌਂਕ ਹੈ ਜਾਂ ਪੜਾਈ ਦਾ ਸ਼ੌਕ ਹੈ ਕਿਸੇ ਵੀ ਚੀਜ਼ ਦਾ ਕੋਈ ਵੀ ਲੈ ਲਓ ਕਿ ਮੈਂ ਆਹ ਕੰਮ ਕਰਨਾ ਹੈ ਹਨਾ ਤਾਂ ਉਹਦੇ ਲਈ ਸਾਨੂੰ ਇਹ ਤਾਂ ਨਹੀਂ ਆ ਵੀ ਅਸੀਂ ਡਿਗਰੀਆਂ ਵਿਖਾ ਦੇ ਜੇਖੋ ਡਿਗਰੀਆਂ ਤਾਂ ਵਿਕਦੀਆਂ ਵੀ ਨੇ ਠੀਕਾ ਉਹਦੇ ਲਈ ਲੋੜ ਹੈ ਸਾਡੇ ਅੰਦਰ ਉਹ ਚੀਜ਼ ਹੈ ਜਿਹੜੀ ਅਸੀਂ ਸਾਹਮਣੇ ਲਿਆਉਣਾ ਚਾਹੁੰਦੇ ਆ ਹਨਾ ਉਹ ਜੇ ਹੈ ਤਾਂ ਉਹਦੇ ਤੇ ਕੰਮ ਕਰੋ ਉਹਦੇ ਤੇ ਮਿਹਨਤ ਕਰੋ ਦਿਖਾਵੇ ਦੀ ਕੋਈ ਲੋੜ ਨਹੀਂ ਦਿਖਾਵਾ ਤਾਂ ਇਹ ਹੋ ਗਿਆ ਨਾ ਅਸੀਂ ਕਿਸੇ ਦੇ ਸਾਹਮਣੇ ਆਪਣੀਆਂ ਡਿਗਰੀਆਂ ਲਿਆ ਕੇ ਰੱਖਦੇ ਹਾਂ ਕਿ ਅਸੀਂ ਆ ਕਰ ਕਰ ਸਕਦੇ ਹਾਂ ਇਸ ਤਰ੍ਹਾਂ ਕਰ ਸਕਦੇ ਹਾਂ ਉਸ ਤਰ੍ਹਾਂ ਕਰ ਸਕਦੇ ਹਾਂ ਇਹ ਦਿਖਾਵਾ ਆ ਸੋ ਉਸ ਚੀਜ਼ ਤੇ ਕੰਮ ਕਰੋ ਆਪਣੇ ਸ਼ਬਦ ਜਿਹੜੇ ਆਪਣਾ ਸਲਿੱਕਾ ਜਿਹੜਾ ਉਹਨਾਂ ਨੂੰ ਸੁਧਾਰੋ ਲੋਕਾਂ ਦੇ ਸਾਹਮਣੇ ਜਦੋਂ ਅਸੀਂ ਆਉਣਾ ਆ ਤਾਂ ਸਾਡਾ ਬੋਲਣ ਦਾ ਢੰਗ ਤਰੀਕਾ ਵਿਵਹਾਰ ਉਹਨਾਂ ਨਾਲ ਐਵੇਂ ਦਾ ਵਿਵਹਾਰ ਕਰੋ ਜਿਹਦੇ ਨਾਲ ਉਹ ਤੁਹਾਡੇ ਦਿਲ ਵਿੱਚ ਵਸ ਜਾਣ ਠੀਕ ਹੈ ਤਾਂ ਤੁਸੀਂ ਆਪਣੇ ਆਪ ਨੂੰ ਬਾਦਸ਼ਾਹ ਬਣਾ ਲਵੋਗੇ ਦੈਨ ਹੁਣ ਅਸੀਂ ਸਟਾਰਟ ਕਰਦੇ ਆ ਜਿੱਦਾਂ ਵਾਈਟ ਕਲਰ ਕੀਤਾ ਆ ਤਾਂ ਥੱਲੋਂ ਮੈਂ ਸਟਾਰਟ ਕਰ ਰਹੀ ਆ ਹੁਣ ਫਿਨਿਸ਼ਿੰਗ ਦੇ ਨਾਲ ਬ੍ਰਸ਼ ਵਧੀਆ ਲੈਣਾ ਆ ਉੱਬੜ ਖੱਬੜ ਜਾਨੀ ਲੈਣਾ ਜਿਵੇਂ ਦਾ ਮੈਂ ਥੱਲੇ ਬੇਸ ਕਰਨ ਦੇ ਲਈ ਲੈਣੀ ਆ ਮੇਰੇ ਕੋਲ 4 ਨੰਬਰ ਦਾ ਫਲੈਟ ਬਰਸ਼ ਆ ਤੇ ਵਾਈਟ ਕਲਰ ਆ ਹੁਣ ਵਾਈਟ ਕਲਰ ਜਸਟ ਉਦਾਂ ਹੀ ਮੈਂ ਯੂਜ਼ ਕਰ ਰਹੀ ਐ ਨੂੰ ਥੋੜਾ ਜਿਹਾ ਜਿਵੇਂ ਪਤਲਾ ਕਰਕੇ ਨਾ ਤੇ ਕਿਉਂਕਿ ਥੱਲੇ ਵੀ ਲੇਅਰ ਹੈਗੀ ਐ ਤੇ ਉੱਪਰਲੇ ਪਾਸਿਓ ਮੈਂ ਰੈੱਡ ਕਲਰ ਦੇ ਨਾਲ ਸਟਾਕ ਲਗਾ ਰਹੀ ਆ ਥੱਲੇ ਜਿਵੇਂ ਸ਼ੇਡਿੰਗ ਕਰਨੀ ਐ ਨਾ ਉਸ ਤਰ੍ਹਾਂ ਤਾਂ ਤੁਸੀਂ ਸੁਕਾ ਕੇ ਕਰਨਾ ਸ਼ੇਡਿੰਗ ਹਮੇਸ਼ਾ ਸੁਕਾ ਕੇ ਵਧੀਆ ਹੁੰਦੀ ਆ ਮੇਰਾ ਹਜੇ 베ਸ ਥੋੜਾ ਗਿੱਲਾ ਆ ਵੀਡੀਓ ਕਾਫੀ ਲੰਬੀ ਹੋ ਰਹੀ ਸੀ ਤੇ ਮੈਨੂੰ ਵੀ ਵਿੱਚੋਂ ਵਿੱਚ ਉੱਠਣਾ ਜਿਹੜਾ ਸੀ ਸੁਕਾਉਣਾ ਜਿਹੜਾ ਸੀ ਥੋੜਾ ਔਖਾ ਲੱਗ ਰਿਹਾ ਸੀ ਫਿਰ ਮੈਂ ਕਿਹਾ ਚਲੋ ਮੈਂ ਤੁਹਾਨੂੰ ਮਤਲਬ ਐਦਾਂ ਹੀ ਸਿਖਾ ਦਿੰਨੀ ਆ ਲੇਕਿਨ ਜੇ ਤੁਹਾਡਾ 베ਸ ਸੁੱਕਿਆ ਹੋਏਗਾ ਤਾਂ ਫਿਰ ਜਿਹੜਾ ਆ ਇਫੈਕਟ ਬਹੁਤ ਵਧੀਆ ਆਏਗਾ ਸ਼ੇਡਿੰਗ ਦਾ ਇਫੈਕਟ ਬਹੁਤ ਵਧੀਆ ਆਏਗਾ ਉਸ ਵਾਰ ਤੁਹਾਨੂੰ ਮੈਂ ਇਹੀ ਕਹੂੰਗੀ ਕਿ ਪਹਿਲਾਂ ਤੁਸੀਂ ਜਿਹੜਾ ਵਾਈਟ ਕਲਰ ਉਹ ਕਰ ਲੈਣਾ ਜਦ ਤੁਸੀਂ ਵਾਈਟ ਕਲਰ ਕਰ ਲੋਗੇ ਨਾ ਉਨੀ ਦੇਰ ਤੱਕ ਤੁਹਾਡਾ ਜਿਹੜਾ ਕਲਰ ਆ ਉਹ ਸੁੱਕ ਵੀ ਜਾਏਗਾ ਤੇ ਫੇਰ ਤੁਹਾਨੂੰ ਵੇਟ ਵੀ ਨਹੀਂ ਕਰਨੀ ਪਏਗੀ ਕਿ ਮੈਂ ਕੋਈ ਹੋਰ ਕੰਮ ਕਰਾਂ ਜਾਂ ਉਨੀ ਦੇਰ ਸੁੱਕ ਜਾਏਗਾ ਕਿਉਂਕਿ ਜਦੋਂ ਅਸੀਂ ਪਤਲਾ ਕਲਰ ਕਰਦੇ ਹਾਂ ਨਾ ਤਾਂ ਉਹ ਜਲਦੀ ਸੁੱਕ ਜਾਂਦਾ ਆ ਤੇ ਇੱਕ ਫਲਾਰ ਤੇ ਮੈਂ ਥੱਲਿਓਂ ਮਤਲਬ ਥੱਲੇ ਵਾਲੀ ਸਾਈਡ ਤੇ ਵਾਈਟ ਕਲਰ ਕੀਤਾ ਔਰ ਦੂਜੇ ਫਲਾਰ ਤੇ ਮੈਂ ਉੱਪਰ ਵਾਲੀ ਸਾਈਡ ਤੇ ਵਾਈਟ ਕਲਰ ਕੀਤਾ ਇਹ ਤੁਹਾਡੀ ਮਰਜ਼ੀ ਆ ਤੁਸੀਂ ਕਿੰਨੇ ਕਾਈਂਡਸ ਦੀਆਂ ਜੜੀਆਂ ਵਾ ਸ਼ੇਡਿੰਗ ਕਰ ਸਕਦੇ ਹੋ ਸੋ ਉੱਪਰੋਂ ਕਰ ਲਓ ਜਾਂ ਨੀਚੋਂ ਕਰ ਲਓ ਇਹ ਜਿਵੇਂ ਇੱਕ ਡਿਜ਼ਾਈਨ ਆ ਇਹਦੇ ਵਿੱਚ ਮੈਂ ਇੱਕ ਫਲਾਰ ਤੇ ਉੱਪਰੋਂ ਔਰ ਇੱਕ ਫਲਾਰ ਤੇ ਨੀਚੋਂ ਕਰਕੇ ਦਿਖਾ ਰਹੀ ਹਾਂ ਉਹ ਜਿਹੜਾ ਤੁਹਾਨੂੰ ਪਸੰਦ ਆਏ ਤੁਸੀਂ ਉਹਨੂੰ ਕਰ ਸਕਦੇ ਹੋ ਜਾਂ ਮਿਕਸ ਵੀ ਕਰ ਸਕਦੇ ਹੋ ਠੀਕ ਆ ਹੁਣ ਇਸ ਫਲਾਰ ਤੇ ਮੈਂ ਉਪਰੋਂ ਥੱਲੇ ਨੂੰ ਕਰ ਰਹੀ ਹਾਂ ਔਰ ਪਲੀਜ਼ ਇਹਨੂੰ ਆਰਾਮ ਦੇ ਨਾਲ ਕਰਨਾ ਬੜੇ ਪੇਸ਼ੈਂਸ ਦੇ ਨਾਲ ਕਰਨਾ ਕਾਲੀ ਬਿਲਕੁਲ ਨਹੀਂ ਕਰਨੀ ਕਿਉਂਕਿ ਜਦੋਂ ਵੀ ਅਸੀਂ ਸ਼ੇਡਿੰਗ ਜਿਹੜੀ ਹੁੰਦੀ ਹੈ ਨਾ ਸਭ ਤੋਂ ਮੇਨ ਹੁੰਦੀ ਆ ਔਰ ਇਹਦੇ ਵਿੱਚ ਜਿਹੜੇ ਬਿਗਿਨਰਸ ਆ ਉਹਨਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਆ ਬਟ ਜਿਨ੍ਹਾਂ ਨੂੰ ਆਲਰੇਡੀ ਪੇਂਟਿੰਗ ਆਉਂਦੀ ਆ ਉਹ ਸ਼ੇਡਿੰਗ ਵਧੀਆ ਕਰ ਸਕਦੇ ਆ ਪਰ ਕਈਆਂ ਨੂੰ ਸ਼ੇਡਿੰਗ 'ਚ ਪ੍ਰੋਬਲਮ ਆਉਂਦੀ ਆ ਬਾਕੀ ਭਾਵੇਂ ਸਾਰੇ ਉਹਨਾਂ ਨੂੰ ਤਰੀਕੇ ਜਿਹੜੇ ਮਿਕਸਿੰਗ ਦੇ ਆਉਂਦੇ ਹੋਣ ਜਾਂ ਵਨ ਸਟਾਕ ਪੇਂਟਿੰਗ ਦੇ ਆਉਂਦੇ ਹੋਣ ਲੇਕਿਨ ਸ਼ੇਡਿੰਗ ਦੇ ਵਿੱਚ ਥੋੜੀ ਪ੍ਰੋਬਲਮ ਆ ਹੀ ਜਾਂਦੀ ਆ ਤਾਂ ਇਹਦੇ ਲਈ ਜ਼ਰੂਰੀ ਆ ਕਿ ਤੁਸੀਂ ਆਪਣਾ ਪ੍ਰੈਕਟਿਸ ਔਰ ਮੈਂ ਇਹੀ ਕਹੂੰਗੀ ਕਿ ਪ੍ਰੈਕਟਿਸ ਜਾਰੀ ਰੱਖਿਆ ਕਰੋ ਪਹਿਲਾਂ ਦੇਖ ਕੇ ਕਰਿਆ ਕਰੋ ਬਾਅਦ ਚ ਉਹਨੂੰ ਆਪਣੇ ਆਪ ਕਰਿਆ ਕਰੋ ਫਿਰ ਤੁਹਾਨੂੰ ਡਿਫਰੈਂਸ ਪਤਾ ਲੱਗੇਗਾ ਕਿ ਮੇਰੀ ਗਲਤੀ ਕਿੱਥੇ ਸੀ ਮੈਂ ਦੇਖਾਂ ਉਹਨੂੰ ਉਹਨਾਂ ਕਿਦਾਂ ਕੀਤਾ ਮੈਂ ਕਿਦਾਂ ਕੀਤਾ ਠੀਕ ਹੈ ਇਸ ਤਰ੍ਹਾਂ ਡਿਫਰੈਂਸ ਪਤਾ ਲੱਗੇਗਾ ਆਪਣੀਆਂ ਗਲਤੀਆਂ ਦਾ ਪਤਾ ਲੱਗੇਗਾ ਪਹਿਲਾਂ ਵੇਖਿਆ ਕਰੋ ਜਿਦਾ ਅਸੀਂ ਛੋਟੇ ਬੱਚੇ ਹੁੰਨੇ ਆ ਤਾਂ ਜਿਵੇਂ ਕੋਈ ਸਾਡੇ ਸਾਰੀਆਂ ਮੈਮ ਸਾਨੂੰ ਯਾਦ ਕਰਨ ਵਾਸਤੇ ਦਿੰਦੇ ਆ ਤਾਂ ਪਹਿਲਾਂ ਅਸੀਂ ਉਹਨੂੰ ਲਿਖ ਕੇ ਦੇਖਦੇ ਹਾਂ ਕਹਿੰਦੇ ਨਾ ਪਹਿਲਾਂ ਲਿਖ ਕੇ ਦੇਖ ਲੈਣਾ ਤਾਂ ਉਹਦੇ ਚ ਕੀ ਪਤਾ ਲੱਗਦਾ ਫਿਰ ਸਾਨੂੰ ਸਾਡੀਆਂ ਗਲਤੀਆਂ ਦਾ ਪਤਾ ਲੱਗਦਾ ਅਸੀਂ ਕਿੱਥੋਂ ਭੁੱਲਿਆ ਸਾਨੂੰ ਉਹ ਪਤਾ ਲੱਗਦਾ ਫਿਰ ਅਸੀਂ ਆਪਣੀਆਂ ਮਿਸਟੇਕਸ ਨੂੰ ਸੁਧਾਰਦੇ ਹਾਂ ਜਸਟ ਉਹੀ ਆ ਜਿੱਥੇ ਸਿੱਖਣ ਸਿਖਾਉਣ ਦੀ ਗੱਲ ਆਉਂਦੀ ਆ ਉਥੇ ਇਹੀ ਰੂਲ ਅਪਲਾਈ ਹੋਣਾ ਹੁੰਦਾ ਤਾਂ ਦੇਖੋ ਰੈੱਡ ਕਲਰ ਨਾਲ ਅਸੀਂ ਕਰ ਲਿਆ ਹੁਣ ਥੱਲੇ ਵਾਲੀ ਜਿਹੜੀ ਪੱਤੀ ਆ ਉਹ ਰਹਿ ਗਈ ਉਹਨੂੰ ਵੀ ਜਸਟ ਅਸੀਂ ਉਹ ਉਦਾਂ ਹੀ ਥੱਲੇੋਂ ਉੱਪਰ ਨੂੰ ਕਰ ਲਵਾਂਗੇ ਠੀਕ ਆ ਤੇ ਸ਼ੇਡਿੰਗ ਦੇ ਦਵਾਂਗੇ ਔਰ ਹਾਂਜੀ ਆਨਲਾਈਨ ਕਲਾਸਿਸ ਬਾਰੇ ਮੈਂ बार-बार ਹਰ ਵੀਡੀਓ ਚ ਕਹਿ ਰਹੀ ਆ ਆਨਲਾਈਨ ਜਿੰਨੇ ਵੀ ਕਲਾਸ ਲੈਣੀਆਂ ਪਲੀਜ਼ ਮੈਨੂੰ WhatsApp ਤੇ ਮੈਸੇਜ ਕਰ ਦਿਓ WhatsApp ਤੇ ਮੈਸੇਜ ਕਰਨ ਦੇ ਨਾਲ ਫਿਰ ਮੈਨੂੰ ਹੋ ਜਾਏਗਾ ਵੀ ਇੰਨੇ ਕੁ ਮੈਂਬਰਸ ਹੋ ਗਏ ਨੇ ਜਾਂ ਮੈਸੇਜ ਕਰ ਦੋ ਵੀ ਅਸੀਂ ਆਨਲਾਈਨ ਕਲਾਸਿਸ ਲੈਣਾ ਚਾਹੁੰਦੇ ਆ ਫਿਰ ਜਦੋਂ ਮੈਂ ਆਨਲਾਈਨ ਕਲਾਸਿਸ ਸ਼ੁਰੂ ਕਰਾਂਗੀ ਨੀਅਰ ਅਬਾਊਟ 1 ਮੰਥ ਤਾ ਮੈਂ ਤੁਹਾਨੂੰ ਮੈਸੇਜ ਕਰ ਦਵਾਂਗੀ ਤੁਸੀਂ ਮੇਰੇ ਨਾਲ ਕਾਲ ਤੇ ਗੱਲ ਵੀ ਕਰ ਸਕਦੇ ਹੋ ਫਿਰ ਜਿੱਦਾਂ ਤੁਹਾਨੂੰ ਟਾਈਮ ਸੂਟੇਬਲ ਹੋਏਗਾ ਮੇਰਾ ਟਾਈਮ ਸੂਟੇਬਲ ਹੋਏਗਾ ਦੋਨਾਂ ਦੇ ਲਈ ਕੰਫਰਟੇਬਲ ਜਿਹੜੀ ਚੀਜ਼ ਹੋਏਗੀ ਅਸੀਂ ਉਹ ਸਿਲੈਕਟ ਕਰਾਂਗੇ ਔਰ ਫੀਸ ਵਗੈਰਾ ਦਾ ਕਾਫੀ ਪੁੱਛ ਰਿਆ ਤਾਂ ਫੀਸ ਵੀ ਆਪਾਂ ਉਦੋਂ ਹੀ ਡਿਸਾਈਡ ਕਰਾਂਗੇ ਕੋਈ ਗੱਲ ਨਹੀਂ ਸਿੱਖੋ ਨਾ ਸਿੱਖੋ ਮੈਂ ਤਾਂ YouTube ਤੇ ਸਿਖਾ ਰਹੀ ਆ ਉਦੋਂ ਹੀ ਆਪਾਂ ਕੋਈ ਨਾ ਅਗਰ ਤੁਹਾਨੂੰ ਅੱਜ ਜਿਵੇਂ ਵੀ ਤੁਹਾਨੂੰ ਸੂਟੇਬਲ ਲੱਗੇਗਾ ਤੁਸੀਂ ਉਵੇਂ ਕਰ ਸਕਦੇ ਹੋ ਤਾਂ ਫੀਸ ਵੀ ਆਪਾਂ ਉਦੋਂ ਹੀ ਡਿਸਾਈਡ ਕਰਾਂਗੇ ਇਹੀ ਮੈਂ ਕੋਸ਼ਿਸ਼ ਕਰੂੰਗੀ ਜਿਹੜੀ ਫੀਸ ਹੋਏਗੀ ਤੁਹਾਡੇ ਸਾਰਿਆਂ ਦੇ ਲਈ ਅਫੋਰਡੇਬਲ ਹੋਵੇ ਠੀਕ ਆ ਕਿਉਂਕਿ ਕਈ ਲੋਕ ਹੁੰਦੇ ਆ ਕੁਝ ਕਰਨਾ ਤੇ ਚਾਹੁੰਦੇ ਆ ਬਟ ਇਕਨੋਮਿਕਲੀ ਕਈ ਵਾਰ ਕੰਡੀਸ਼ਨ ਉਹਦਾਂ ਦੀ ਨਹੀਂ ਹੁੰਦੀ ਸੋ ਮੈਂ ਐਡਜਸਟ ਕਰੂੰਗੀ ਤੇ ਬਾਕੀ ਹੁਣ ਜਿਵੇਂ yellow flower ਵੀ ਅਸੀਂ ਸੇਮ ਉਸੇ ਤਰੀਕੇ ਨਾਲ ਕਰ ਲਿਆ ਉਹਦੇ ਵਿੱਚ ਅਸੀਂ ਥੱਲਿਓਂ ਉੱਪਰ ਨੂੰ yellow color ਲੈ ਕੇ ਗਏ ਆਂ ਔਰ ਬਾਹਰਲੇ ਪਾਸੇ ਅਸੀਂ white color ਰੱਖਿਆ ਉਸ ਤੋਂ ਬਾਅਦ ਪੱਤੀਆਂ ਨੇ ਪੱਤੀਆਂ ਲਈ ਤੁਸੀਂ 4 ਨੰਬਰ ਬਰਸ਼ ਯੂਜ਼ ਕਰੋ ਤੇ ਜ਼ਿਆਦਾ ਵਧੀਆ ਬਟ ਮੇਰੇ ਹੱਥ 'ਚ ਜਿਵੇਂ ਆ ਗਿਆ 6 ਨੰਬਰ ਮੈਂ ਉਹਦੇ ਨਾਲ ਹੀ ਪੱਤੀਆਂ ਬਣਾ ਲਈਆਂ ਜਦੋਂ ਮੈਂ ਕੱਲਾ ਸੈਪ ਗ੍ਰੀਨ ਕਲਰ ਲਾਇਆ ਤਾਂ ਮੈਨੂੰ ਥੋੜਾ ਉਠਿਆ ਘੱਟ ਲੱਗਾ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਉਹਦੇ ਵਿੱਚ yellow ਮਿਕਸ ਕਰ ਲਿਆ ਤਾਂ ਕਿ ਥੋੜਾ ਜਿਹਾ ਉਹਦਾ ਇਫੈਕਟ ਆ ਜਾਏ ਹਾਈਲਾਈਟ ਹੋ ਜਾਏ ਤਾਂ ਛੋਟੀਆਂ ਪੱਤੀਆਂ ਨੂੰ ਤਾਂ ਇਸੇ ਤਰ੍ਹਾਂ ਹੀ ਕਰਨਾ ਹੈ ਉਸ ਤੋਂ ਬਾਅਦ ਫਲਾਵਰ ਦੇ ਥੱਲੇ ਛੋਟੀ ਜੀ ਪੱਤੀ ਲਗਾ ਦਾਂਗੇ। ਔਰ ਬਾਕੀ ਛੋਟੀਆਂ ਪੱਤੀਆਂ ਵੀ ਸੇਮ ਹੀ ਕਰ ਲਾਂਗੇ। ਮੈਨੂੰ ਆਦਤ ਆ ਵੱਡੇ ਬ੍ਰਸ਼ ਨਾਲ ਕੰਮ ਕਰਨ ਦੀ ਪਰ ਜੇ ਤੁਸੀਂ ਬਿਗਿਨਰ ਹੋ ਤਾਂ ਛੋਟੇ ਨਾਲ ਹੀ ਕਰਨਾ। ਔਰ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਆ ਜੇ ਮੈਂ ਤੁਹਾਨੂੰ ਮੋਟੀਵੇਸ਼ਨ ਦਿੰਨੀ ਆ ਕਿ ਇਹ ਸਹੀ ਆ ਤੁਹਾਨੂੰ ਸਹੀ ਲੱਗਦੀ ਆ ਜਾਂ ਨਹੀਂ ਔਰ ਜੇ ਚੰਗੀ ਲੱਗਦੀ ਆ ਨਾ ਕਹਿੰਦੇ ਆ ਨਾ ਚੰਗੀ ਚੀਜ਼ ਜਿਹੜੀ ਆ ਉਹ ਤੁਹਾਨੂੰ ਆਸ-ਪਾਸ ਫੈਲਾਉਣੀ ਚਾਈ ਦੀ ਆ ਠੀਕ ਆ ਸੋ ਜੇ ਚੰਗੀ ਲੱਗਦੀ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਵੀ ਕਈ ਲੋਕ ਐਹੋ ਜੇ ਹੁੰਦੇ ਨੇ ਜਿਹੜੇ ਕੀ ਚੀਜ਼ਾਂ ਸਿੱਖਣ ਤੋਂ ਵਾਂਝੇ ਹੁੰਦੇ ਨੇ ਤਾਂ YouTube ਤੇ ਤਾਂ ਤੁਸੀਂ ਫ੍ਰੀ ਆਫ ਕੋਸਟ ਸਿੱਖ ਹੀ ਸਕਦੇ ਹੋ ਠੀਕ ਹੈ ਤਾਂ ਆਨਲਾਈਨ ਦੇ ਲਈ ਤਾਂ ਥੋੜੇ ਬਹੁਤ ਚਾਰजेस ਹੋਣਗੇ ਹੀ ਜੋ ਵੀ ਹੈ ਜਿੱਦਾਂ ਵੀ ਆ ਤਾਂ ਇਸੇ ਲਈ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ YouTube ਤੇ ਸਿੱਖ ਲਓ ਫ੍ਰੀ ਆਫ ਕੋਸਟ ਆ ਤਾਂ ਬਾਕੀ ਤੁਹਾਡੀ ਮਰਜ਼ੀ ਆ ਤੇ ਜਿਹੜੇ ਸਿੱਖਣਾ ਚਾਹੁੰਦੇ ਆ ਮੈਨੂੰ ਮੈਸੇਜ ਜਰੂਰ ਕਰ ਦੇਣ ਉਸ ਤੋਂ ਬਾਅਦ ਪੱਤੀਆਂ ਬਣਾ ਕੇ ਉਹਦੇ ਵਿੱਚ yellow color ਦਾ ਥੋੜਾ ਜਿਹਾ ਇਫੈਕਟ ਦੇ ਕੇ ਸਾਰਿਆਂ ਨੂੰ ਅਸੀਂ ਕਨੈਕਟ ਕਰ ਦਵਾਂਗੇ ਤਾਂ ਪਲੀਜ਼ ਅਗਰ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਥੱਲੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਠੀਕ ਆ ਔਰ ਅਗਰ ਮੈਨੂੰ ਕਿਸੇ ਚੀਜ਼ ਦੇ ਸੁਧਾਰ ਦੀ ਲੋੜ ਆ ਤਾਂ ਪਲੀਜ਼ ਉਹ ਵੀ ਮੈਨੂੰ ਦੱਸਿਆ ਕਰੋ ਪਹਿਲਾਂ ਪ੍ਰੋਬਲਮ ਸੀ ਕਿ ਆਵਾਜ਼ ਘਟ ਆਉਂਦੀ ਸੀ ਅਗਰ ਠੀਕ ਆ ਤਾਂ ਮੈਨੂੰ ਤੁਸੀਂ ਕਹਿ ਦੇਣਾ ਕਿ ਹਾਂਜੀ ਹੁਣ ਅਸੀਂ ਸੈਟੀਸਫਾਈਡ ਆ ਤਾਂ ਹੋਰ ਵੀ ਅਗਰ ਕਿਸੇ ਚੀਜ਼ ਦੀ ਪ੍ਰੋਬਲਮ ਆਈ ਤਾਂ ਪਲੀਜ਼ ਮੈਨੂੰ ਦੱਸਿਆ ਕਰੋ ਮੈਂ ਉਹ ਉਹਦੇ ਵਿੱਚ ਸੁਧਾਰ ਕਰਨ ਦੀ ਲੋੜ ਜਿਹੜੀ ਆ ਕੋਸ਼ਿਸ਼ ਕਰਿਆ ਕਰਾਂਗੀ ਅਗਰ ਲੋੜ ਹੋਏਗੀ ਤਾਂ ਅਗਰ ਇਦਾਂ ਹੀ ਮੈਨੂੰ ਨਹੀਂ ਪਤਾ ਲੱਗੇਗਾ ਮੇਰੀਆਂ ਗਲਤੀਆਂ ਤਾਂ ਤੁਸੀਂ ਇਦਾਂ ਹੀ ਮੇਰੀਆਂ ਵੀਡੀਓ ਜੜੀਆਂ ਵਾ ਤੁਹਾਨੂੰ ਐਕਸੈਪਟ ਕਰਨੀਆਂ ਪੈਣਗੀਆਂ ਠੀਕ ਆ ਉਸ ਤੋਂ ਬਾਅਦ ਬਲੈਕ ਕਲਰ ਦੇ ਨਾਲ ਲਾਈਨਸ ਲਗਾ ਕੇ ਥੋੜੀ ਡਾਟਿੰਗ ਕਰ ਦੇਣੀ ਆ ਤੇ ਸਾਡਾ ਜਿਹੜਾ ਡਿਜ਼ਾਈਨ ਆ ਉਹ ਕੰਪਲੀਟ ਹੋ ਜਾਏਗਾ ਔਰ ਬੜਾ ਪਿਆਰਾ ਡਿਜ਼ਾਈਨ ਆ ਇਹਨੂੰ ਅੱਗੇ-ਅੱਗੇ ਤੁਸੀਂ ਉੱਪਰ ਤੱਕ ਲਿਜਾ ਸਕਦੇ ਹੋ ਠੀਕ ਹੈ ਜੀ ਥੈਂਕ ਯੂ ਜੀ ਅਗਲੀ ਵੀਡੀਓ ਚ ਫੇਰ ਮਿਲਦੇ ਆ ਜੀ ਖੁਸ਼